ਵਿੱਚ ਕਿੰਨੀ ਖੁਸ਼ਹਾਲੀ ਆਈ। ਕੋਈ ਸੂਬਾ ਪਿਛਲੇ 7-8 ਸਾਲ 'ਚ ਕੋਈ ਅਮੀਰ ਹੋਇਆ, ਲੋਕੀ ਅਮੀਰ ਹੋਏ, ਪੈਸਾ ਲੋਕਾਂ ਕੋਲ ਆਇਆ, ਡਿਵੈਲਪਮੈਂਟ ਹੋਈ, ਉਹਦਾ ਪੈਰਾਮੀਟਰ ਹੁੰਦਾ ਪਰ ਕੈਪਟਾ ਇਨਕਮ ਸੂਬੇ ਦੀ। ਸਪੀਕਰ ਸਾਹਿਬ, 2002-2003 'ਚ ਇਹਨਾਂ ਦੀ ਸਰਕਾਰ ਆਈ, ਉਦੋਂ ਪਰ ਕੈਪਟਾ ਇਨਕਮ ਪੰਜਾਬ ਦੀ ਇਕੱਲੀ 29,000 ਰੁਪਇਆ ਸੀ ਪਰ ਕੈਪਟਾ। 29,000 2006 'ਚ, 5 ਸਾਲ ਬਾਅਦ ਇਹਨਾਂ ਨੇ ਵਧਾ ਕੇ 29,000 ਤੋਂ 41,000 ਪਰ ਕੈਪਟਾ ਬਣੀ। ਸਪੀਕਰ ਸਾਹਿਬ, ਪਿਛਲੇ 9 ਸਾਲਾਂ 'ਚ ਅਸੀਂ 41,000 ਤੋਂ ਲੈ ਕੇ ਅੱਜ 1,26,000 ਰੁਪਇਆ ਪਰ ਕੈਪਟਾ ਇਨਕਮ ਹੈ ਪੰਜਾਬ ਦੀ। ਤੁਹਾਡੇ ਟਾਈਮ 'ਚ ਇਕੱਲੀ 42% ਗਰੋਥ ਸੀ, ਅਸੀਂ 201। ਇਹ ਤੋਂ ਵੱਧ ਪ੍ਰੂਫ ਕੀ ਹੈ? ਪਰ ਕੈਪਟਾ ਇਨਕਮ, ਲੋਕੀ ਅਮੀਰ ਹੋਇਆ, ਐਂਡ ਦਿਸ ਇਜ਼ ਓਫੀਸ਼ੀਅਲ ਗਵਰਨਮੈਂਟ ਆਫ ਇੰਡੀਆ RBI ਡੇਟਾ। ਤੀਜੀ ਗੱਲ ਸਪੀਕਰ ਸਾਹਿਬ, ਪਰ ਕੈਪਟਾ ਇਨਕਮ ਵਧੀ ਜਦੋਂ ਇਹਨਾਂ ਦੀ ਸਰਕਾਰ ਸੀ 2003-04 'ਚ। ਸਪੀਕਰ ਸਾਹਿਬ, ਪੋਵਰਟੀ ਲੈਵਲ ਪੰਜਾਬ ਦਾ, ਪੋਵਰਟੀ ਲੈਵਲ 20.9% ਪੰਜਾਬ ਦੇ ਲੋਕ ਬਿਲੋ ਪੋਵਰਟੀ ਲੈਨ ਸੀ, 20.9%, ਅਤੇ 2011-12 'ਚ 8% 'ਤੇ ਆ ਗਿਆ ਗਵਰਨਮੈਂਟ ਆਫ ਇੰਡੀਆ। ਐਂਡ ਟੂਡੇ ਕਿ ਅੱਜ ਦੇਖੋ ਤੁਸੀਂ, ਅੱਜ ਲੇਟੈਸਟ ਡੇਟਾ ਸਰ ਆ ਰਿਹਾ, ਮੈਨੂੰ ਲੱਗਦਾ 4-5% 'ਤੇ ਪੋਵਰਟੀ ਆਪਣਾ ਲੈਵਲ ਲੈ ਜੂਗਾ ਪੰਜਾਬ। ਦਿਸ ਕਲੀਅਰਲੀ ਸ਼ੋਜ਼ ਆ ਜਿਹੜੀ ਅਸੀਂ ਇਨਵੈਸਟਮੈਂਟ ਇਨਫਰਾਸਟਰਕਚਰ 'ਚ ਗਰੋਥ ਕੀਤੀ ਹੈ, ਇਹਦੇ ਨਾਲ ਇਨਕਮ 'ਤੇ ਸਾਰਾ ਕੁਛ ਵਧਿਆ। ਸਪੀਕਰ ਸਾਹਿਬ, ਅਸਲੀ ਗੱਲ ਕੀ ਹੈ? ਸਪੀਕਰ ਸਾਹਿਬ, ਆਪਾਂ ਸਾਰੇ ਕਹਿੰਦੇ ਰਹੇ ਹਾਂ ਪੰਜਾਬ ਨਾਲ ਧੱਕਾ ਹੋਇਆ, ਗਵਰਨਮੈਂਟ ਆਫ ਇੰਡੀਆ ਆਪਣੇ ਨਾਲ ਧੱਕਾ ਕਰਦੀ ਰਹੀ ਹੈ। ਸਪੀਕਰ ਸਾਹਿਬ, ਦੋ ਕਿਸਮ ਦੀ ਸੋਰਸ ਹੈ ਹਰ ਸਰਕਾਰ ਵਾਸਤੇ। ਇੱਕ, ਜਿਹੜੀ ਸਰਕਾਰ ਆਪਣੇ ਤਰਫੋਂ ਰੈਵਨਿਊ ਜਨਰੇਟ ਕਰਦੀ ਹੈ, ਭਾਵੇਂ ਵੈਟ ਹੈ, ਭਾਵੇਂ ਐਕਸਾਈਜ਼ ਹੈ, ਭਾਵੇਂ ਆਪਣਾ ਪ੍ਰੋਪਰਟੀ 'ਤੇ ਲਾਉਣੇ ਆ, ਕੁਛ ਵੀ ਲਾਉਣੇ ਆਪਣੀ ਇਨਕਮ ਹੈ। ਇੱਕ ਜਿਹੜੀ ਇਨਕਮ ਟੈਕਸ, ਸਰਵਿਸ ਟੈਕਸ ਜਾਂ ਜੋ ਵੀ ਟੈਕਸ ਪੂਰੇ ਹਿੰਦੁਸਤਾਨ 'ਚ ਇਕੱਠੇ ਹੁੰਦੇ ਆ, ਉਹ ਸੈਂਟਰ ਚਲੇ ਜਾਂਦੇ ਆ ਅਤੇ ਸੈਂਟਰ ਡੈਵੋਲਿਊਸ਼ਨ ਕਰਦੀ ਹੈ, ਸਟੇਟਾਂ ਨੂੰ ਹਿੱਸਾ ਦਿੰਦੀ ਹੈ। ਸਪੀਕਰ ਸਾਹਿਬ, ਲਗਾਤਾਰ ਮੁੱਖ ਮੰਤਰੀ ਬਾਦਲ ਸਾਹਿਬ ਨੇ ਪਿਛਲੇ 20-25 ਸਾਲਾਂ ਤੋਂ ਇਹ ਰੌਲਾ ਪਾਇਆ ਕਿ ਡੈਵੋਲਿਊਸ਼ਨ ਨਾਲ ਆਪਣਾ ਵਿਤਕਰਾ ਹੋਇਆ। ਮੈਂ ਤੁਹਾਨੂੰ ਇੱਕ ਸਮਾਲ ਐਗਜ਼ਾਮਪਲ ਡੈਵੋਲਿਊਸ਼ਨ ਦਾ ਦੇਣਾ। ਸਪੀਕਰ ਸਾਹਿਬ, ਉੱਤਰ ਪ੍ਰਦੇਸ਼ ਜਿਹਦਾ ਲੈਂਡ ਏਰੀਆ ਉੱਤਰ ਪ੍ਰਦੇਸ਼ ਦਾ 7.3% ਹੈ ਪੂਰੇ ਦੇਸ਼ ਦਾ, ਪਾਪੂਲੇਸ਼ਨ 15.4% ਇੰਡੀਆ ਦੀ ਪਾਪੂਲੇਸ਼ਨ ਹੈ ਅਤੇ ਡੈਵੋਲਿਊਸ਼ਨ 19.7% ਪੂਰੇ ਦੇਸ਼ ਦਾ ਪੈਸਾ ਇਕੱਠਾ ਹੁੰਦਾ, 19.7% ਵਾਪਸ ਉੱਤਰ ਪ੍ਰਦੇਸ਼ ਨੂੰ ਦੇ ਦਿੰਦੇ ਆ ਪਾਪੂਲੇਸ਼ਨ ਅਤੇ ਏਰੀਆ ਨੂੰ ਜ਼ਿਆਦਾ। ਆਪਣਾ ਪੰਜਾਬ 'ਚ ਸਪੀਕਰ ਸਾਹਿਬ, ਆਪਣੀ ਏਰੀਆ 1.4% ਹੈ ਪੂਰੇ ਦੇਸ਼ ਦਾ, ਪਾਪੂਲੇਸ਼ਨ 2.4% ਹੈ ਅਤੇ ਡੈਵੋਲਿਊਸ਼ਨ 1.38% ਹੈ। ਸਪੀਕਰ ਸਾਹਿਬ, ਓਨਲੀ ਸਟੇਟ ਜਿਹਦਾ ਨਾਂ ਵਿਤਕਰਾ ਹੋ ਰਿਹਾ, ਆਹ ਤਾਂ ਹੁਣੀ ਜਿਹੜਾ ਹੁਣ ਫਾਈਨੈਂਸ ਕਮਿਸ਼ਨ ਦੀ ਰਿਪੋਰਟ ਆਈ ਹੈ, ਐਕਟ ਹੀ ਆਪਣਾ 1.38 ਤੋਂ ਵੱਧ ਕੇ 1.5 ਦੇ ਕੁਝ ਉੱਤੇ ਚਲਾ ਗਿਆ। ਆਹ ਜਿਹੜਾ ਅਮਾਊਂਟ ਸੀ ਜਦੋਂ ਫਾਈਨੈਂਸ ਕਮਿਸ਼ਨ ਸ਼ੁਰੂ ਹੋਏ, ਆਪਾਂ ਨੂੰ ਉਦੋਂ 2.5% ਮਿਲਦੀ ਹੁੰਦੀ ਸੀ, ਢਾਈ ਹੌਲੀ ਹੌਲੀ ਹਰ ਫਾਈਨੈਂਸ ਕਮਿਸ਼ਨ 'ਚ ਆਪਣਾ ਰੇਸ਼ੋ ਘਟਾ ਕੇ 2.5% ਤੋਂ ਲੈ ਕੇ ਆਪਣਾ 1.38% 'ਤੇ ਹੋਇਆ। ਦੂਜੀ ਸਟੇਟਾਂ ਦਾ ਵੱਧਦਾ ਗਿਆ, ਇਕੱਲਾ ਪੰਜਾਬ ਦਾ ਘਟਦਾ ਗਿਆ। ਅਤੇ ਤੁਹਾਨੂੰ ਸਮਾਲ ਵੱਡੀ ਗੱਲਾਂ 'ਚ ਮੈਂ ਤੁਹਾਨੂੰ ਇਗਜ਼ਾਮਪਲ ਦਿੰਦਾ। ਸਪੀਕਰ ਸਾਹਿਬ, ਬਿਹਾਰ ਦਾ ਇਗਜ਼ਾਮਪਲ ਦਿੰਦਾ, ਬਿਹਾਰ ਸਪੀਕਰ ਸਾਹਿਬ, ਸਾਰੀ ਬਿਹਾਰ ਦੀ ਰੈਵਨਿਊ, ਸਟੇਟ ਦੀ ਰੈਵਨਿਊ ਇਕੱਲੀ 42,000 ਕਰੋੜ ਹੈ, 42,000 ਸਟੇਟ ਦੀ ਰੈਵਨਿਊ ਹੈ ਅਤੇ ਸੈਂਟਰ ਸਰਕਾਰ ਹਰ ਸਾਲ ਬਿਹਾਰ ਨੂੰ 50,000 ਕਰੋੜ ਦਾ ਚੈੱਕ ਦਿੰਦੀ ਹੈ ਖਰਚਣ ਵਾਸਤੇ, 50,000 ਕਰੋੜ ਦਾ, 42,000 ਉਹਨੇ ਰੈਵਨਿਊ ਹੈ ਅਤੇ 50,000। ਉੱਤਰ ਪ੍ਰਦੇਸ਼ ਪੂਰੀ ਰੈਵਨਿਊ ਉੱਤਰ ਪ੍ਰਦੇਸ਼ ਸਰਕਾਰ ਦੀ ਇੰਟਰਨਲੀ 1,09,000 ਕਰੋੜ ਹੈ ਅਤੇ ਸੈਂਟਰ ਸਰਕਾਰ ਉਹਨਾਂ ਨੂੰ ਇਕੱਲਾ 83,000 ਕਰੋੜ ਦਾ ਚੈੱਕ ਦਿੰਦੀ ਹੈ। ਹੁਣ ਆਪਣਾ ਪੰਜਾਬ ਸਪੀਕਰ ਸਾਹਿਬ, ਆਪਣੀ ਸਾਰੀ 35,000 ਕਰੋੜ ਇਨਕਮ ਹੈ ਅਤੇ ਇਕੱਲਾ 10,000 ਦਿੰਦੇ ਹੈ।